मूनक इलाके विच खड़े हां ते मूनक दे दूसरे पासे ए है स्टेट हाईवे। जी हां, पातड़ा मूनक जो हरियाणे नू सड़क जेड़ी जोड़दी आ ते लगातार इधर जेड़े पिंड ने भावे दलेलगढ़ के पिंड ने या फिर कोई होर पिंड ने, तस्वीर जरूर दिखाई जान के किस तरह जेड़ा हैगा पिंडा दे पिंड जेड़े डुब्बे गए हुए ने अते दूर दूर तक कोई भी साधन नहीं, पर नौजवान मदद करने लई ट्रैक्टर ते आंदे ने ते ट्रैक्टर च आ रहे ने ते ट्रैक्टर ते आ रहे ने राह समगरी लैके वखो वख ते नौजवानां नाल गलबात कर लैणे आ ते किवें देखदे ने पर पहली बार आए हो? हां जी, पहला भी सेवा करदे रहे ने इसे तरह ही असीं। पानी इत्थे तक आ जांदा, ट्रैक्टर भेजे जांदा, फिर भी डर नहीं? नहीं, इना पानी साडा कुछ नहीं उगाड़ सकदा, हौसले बुलंद ने, इदा जिन्ने मर्जी पानी आ जाने कोई पंजाब दा कख भी नहीं बिगड़ सकता। इत्थे केड़े कित्थों आए हो? असीं पातड़ा तों आए हां। ते किवें लगदे आ, संपर्क टुट गया आ ते केड़े केड़े पिंड जाए हो, जा रहे हो? असीं कल दे भी लगे होए आ, कल असीं सतराणा एरिया कवर कीता सी खनौरी तक ते अज असीं इधर कवर कर रहे हां मूनक ते इधर रामपुरा तक, इधर सुरजन पैणी उस पिंड दे विच सेवा दे के आए हां। की ने हालात भरा? हालात तां जमीना आले पासे तां बहुत ज्यादा माड़ा है कि दोबारा सरवाइव करना बहुत ज्यादा औखा हो रहा किसानों वास्ते, तो पर इना जानी माली नुकसान तो थोड़ा जो बचा है। ते होर भी किन्ने के लोग जिहड़े ट्रालियां लेके आंदे? मैं ना कोई गिनती नहीं है, इना को पंजाब दे विचों जिहड़ी एक एकता है, सब तो ज्यादा ते असीं धन्नवाद करना चाहुंदे आं NRIs दा जिहड़े कि इन्नी को फंडिंग करदे आ कि पंजाब नूं ते तत्ती भाव भी नहीं लगन दिंदे, बहुत ज्यादा फंडिंग सोहनी कर रहे हैं NRI दे सिर ते पंजाब बहुत सोहना चल रहा है। कह रहे ने कि बाहरले पंजाबियों दी मदद करनी है, लोड़ आ बाहरलियां दी? ਇਥੋ ਬਾਹਰ ਲੈਂਦੀ ਜਾਂ ਬਾਹਰ ਲਿਆ ਨੂੰ ਇਧਰ ਇੱਥੇ ਕੋਈ ਹਰਿਆਣੇ ਦੇ ਜਾਂ ਹਿਮਾਚਲ ਦੇ ਜਿਵੇਂ? ਨਹੀਂ ਨਹੀਂ, ਇਹ ਤਾਂ ਇਨਸਾਨੀਅਤ ਦੀ ਮਦਦ ਹੈ ਜੀ, ਇਹ ਤਾਂ ਕਿਸੇ ਧਰਮ ਨਹੀਂ ਕਿਸੇ ਦਾ ਦੇਖ ਕੇ ਮਦਦ ਹੁੰਦੀ, ਇਹ ਇਨਸਾਨੀਅਤ ਦੀ ਮਦਦ ਹੈ। ਨਹੀਂ ਕਿਹਾ ਜਾ ਰਿਹਾ ਸੀ ਕਿ ਬਾਹਰ ਲੈ ਨਹੀਂ ਆਏ, ਅਸੀਂ ਬਾਹਰ ਲੈਣ ਲਈ ਜਾਂਦੇ ਹਾਂ, ਲੋੜ ਆ ਕਿ ਪੰਜਾਬੀ ਪੰਜਾਬੀ ਲਈ ਬਹੁਤ ਨੇ? ਪੰਜਾਬੀ ਪੰਜਾਬ ਪੂਰੇ ਹਿੰਦੁਸਤਾਨ ਲਈ ਬਹੁਤ ਨੇ ਜੀ, ਪੰਜਾਬੀਆਂ ਦਾ ਜਜ਼ਬਾ ਹੀ ਇਹਨਾਂ ਕਿ ਪੰਜਾਬੀ ਪੂਰੀ ਦੁਨੀਆ ਵਾਸਤੇ ਬਹੁਤ ਨੇ, ਇਹ ਤੇ 2% ਇੱਕ ਗਿਣਤੀ ਚ ਆਉਂਦੇ ਨੇ, ਇਹ ਤੇ 100% ਤੇ ਭਾਰੀ ਨੇ, ਲੋੜ ਨਹੀਂ ਕਿਸੇ ਦੀ, ਕਿਸੇ ਦੀ ਲੋੜ ਨਹੀਂ ਜੀ। ਬਿਲਕੁਲ ਜੀ, ਕੀ ਮੰਨਣਾ ਤੁਹਾਡਾ? ਲੱਗਦਾ ਕਿ ਸਾਰਾ ਪੰਜਾਬ ਹੀ ਜਿਹੜਾ ਹੈਗਾ ਆ ਰਹੇ ਹੁਣ ਮਦਦ ਕਰਨ ਲਈ? ਸਾਰਾ ਆ ਰਿਹਾ ਜੀ, ਅਸੀਂ ਕੱਲ ਦੂਜਾ ਦਿਨ ਆ ਸਾਡਾ, ਉਰੇ ਪਾਤਰਾ ਸਤਰਾਣਾ ਸਾਰਾ ਕਵਰ ਕਰਤਾ, ਅੱਜ ਅਸੀਂ ਮੂਨਕ ਦੇ ਸਾਰੇ ਪਿੰਡ ਕਵਰ ਕੀਤੇ ਨੇ ਜੀ। ਕੀ ਕੀ ਚੀਜ਼ਾਂ ਲੈ ਕੇ ਆ ਰਹੇ ਹੋ? ਅਸੀਂ ਜਾ ਰਹੇ ਹਾਂ ਪਾਣੀ, ਦੁੱਧ, ਰਸ ਦੇ, ਬਰੈਡ ਦੇ ਪੈਕਟ ਅਤੇ ਬਿਸਕੁਟਾਂ ਦੇ ਪੈਕਟ। ਲੋਕ ਹੋਰ ਆ ਰਹੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਅਸੀਂ ਜਾਈਏ ਕਿੱਥੇ, ਕਿਵੇਂ ਕਰਨਾ ਚਾਹੀਦਾ? ਨਾ ਨਾ, ਪੁੱਛ ਪੁੱਛ ਕੇ ਜਾ ਰਹੇ ਨੇ ਪਿੰਡਾਂ ਦੇ, ਜਾ ਰਹੇ ਨੇ ਪੁੱਛ ਪੁੱਛ ਕੇ, ਅਗਲੇ ਜਿੱਥੇ ਪਾਣੀ ਜ਼ਿਆਦਾ ਉੱਥੇ ਵੀ ਰਿਸਕ ਲੈ ਰਹੇ ਨੇ, ਕੁਛ ਲੰਗਰ ਵਰਤਾ ਰਹੇ ਨੇ। ਹੁਣ ਅਸੀਂ ਥੋੜੇ ਕੱਲ ਨੂੰ ਜਾਂ ਪਰਸੋਂ ਨੂੰ ਅਸੀਂ ਰੋਟੀ ਦਾ ਪ੍ਰਸ਼ਾਦਾ ਦਾ ਕਰਾਂਗੇ ਲੰਗਰ। ਬਿਲਕੁਲ, ਤਸਵੀਰ ਸੁਖਵਿੰਦਰ ਗੂੰਗਾ ਜ਼ਰੂਰ ਦਿਖਾਈ ਜਾਵੇ, ਟਰਾਲੀਆਂ ਦੇ ਵਿੱਚ ਵੀ ਨੌਜਵਾਨ ਬੈਠੇ ਨੇ, ਇਹ ਕੱਲ ਦੇ ਲੱਗੇ ਹੋਏ ਨੇ ਸੇਵਾ ਕਰਨ ਦੇ ਲਈ ਤੇ ਸੇਵਾ ਜਿਹੜੀ ਹੈਗੀ ਆ ਉਹ ਨਿਰੰਤਰ ਜਾਰੀ ਆ, ਭਾਵੇਂ ਜਿਹੜੇ ਭੁੱਖੇ ਜਾਨਵਰ ਹੋਣ, ਪਸ਼ੂ ਹੋਣ, ਉਹਨਾਂ ਦੇ ਲਈ ਹਰਾ ਚਾਰਾ, ਇਨਸਾਨਾਂ ਦੇ ਲਈ ਬਿਸਕੁਟ ਤੋਂ ਲੈ ਕੇ ਦੁੱਧ, ਪਾਣੀ, ਚਾਹ ਪੱਤੀ, ਰਾਸ਼ਨ ਦਾ ਸਮਾਨ, ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਜਾ ਰਹੀਆਂ। ਪਰ ਇੱਥੇ ਕਨਫਿਊਜ਼ਿੰਗ ਇਹ ਹੋ ਰਹੀ ਹੈ ਕਿ ਲੋਕਾਂ ਨੂੰ ਨਹੀਂ ਪਤਾ ਚੱਲ ਰਿਹਾ ਕਿ ਆਖਿਰਕਾਰ ਉਹ ਕਿੱਧਰ ਜਾਣ ਤੇ ਕਿੱਧਰ ਜਾਣ ਤੇ ਕਿਵੇਂ ਜਾਣ ਤੇ ਕਿਹੜੇ ਲੋਕਾਂ ਨੂੰ ਜ਼ਰੂਰਤ ਹੈ ਰਾਸ਼ਨ ਦੀ। ਕਿਤੇ ਨਾ ਕਿਤੇ ਇਹ ਕਮੀ ਜ਼ਰੂਰ ਹੋ ਰਹੀ ਹੈ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਚਾਰਟ, ਇਹ ਅਜਿਹੇ ਨਿਸ਼ਾਨਦੇਹੀ ਕੀਤੀ ਜਾਵੇ ਜਿੱਥੇ ਦੱਸਿਆ ਜਾਵੇ ਕਿ ਜਿਹੜਾ ਹੈਗਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮਦਦ ਦੀ ਜ਼ਰੂਰਤ ਹੈ, ਕਿਉਂਕਿ ਇੱਕ ਇੱਕ ਪਿੰਡ ਦੇ ਵਿੱਚ 10-10 ਟਰਾਲੀਆਂ ਜਿਹੜੀਆਂ ਨੇ ਉਹ ਘੁੰਮ ਰਹੀਆਂ ਨੇ, ਜਿਸ ਕਰਕੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਖੱਜਲ ਖੁਆਰ ਹੋਣਾ ਪੈ ਰਿਹਾ। ਜੇਕਰ ਜਿੱਥੋਂ ਟਰਾਲੀ ਚੱਲੇ ਉੱਥੋਂ ਹੀ ਪਤਾ ਚੱਲ ਸਕੇ ਕਿ ਉਹਨਾਂ ਨੇ ਜਾਣਾ ਕਿੱਥੇ ਆ ਤੇ ਸਮਾਨ ਜ਼ਰੂਰਤ ਕਿੱਥੇ ਆ, ਤਾਂ ਵਾਕਈ ਜਿਹੜਾ ਹੈਗਾ ਕਿਤੇ ਨਾ ਕਿਤੇ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਸਮਾਨ ਪਹੁੰਚ ਸਕਦਾ। ਸੁਖਵਿੰਦਰ ਜੇ ਪਿੱਛੇ ਦਿਖਾ ਸਕਦਾ ਤਾਂ ਟਰਾਲੀਆਂ ਜਾਂਦੀਆਂ ਵੀ ਨੇ ਤੇ ਟਰਾਲੀਆਂ ਆਉਂਦੀਆਂ ਵੀ ਨੇ, ਦੇਖ ਸਕਦੇ ਹੋ ਕਿ ਇਹ ਸਟੇਟ ਹਾਈਵੇ ਆ ਤੇ ਇੱਥੇ ਸਾਹਮਣੇ ਟਰਾਲੀ ਜਾ ਵੀ ਰਹੀ ਆ ਤੇ ਟਰਾਲੀ ਆ ਵੀ ਰਹੀ ਆ ਤੇ ਕਰੀਬ ਇਹ ਆ ਕਿ ਇੱਥੇ ਲਗਾਤਾਰ ਪੰਜਾਬ ਤੋਂ ਜਿਹੜੇ ਲੋਕ ਨੇ ਉਹ ਮਦਦ ਕਰਨ ਦੇ ਆ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੂੰ ਕਿਸੇ ਬਾਹਰਲੇ ਦੀ, ਮਤਲਬ ਕਿ ਹੋਰਨਾਂ ਸੂਬਿਆਂ ਦੇ ਲੋਕਾਂ ਦੀ ਲੋੜ ਨਹੀਂ, ਕਿਉਂਕਿ ਬਹੁਤ ਸਵਾਲ ਖੜੇ ਹੋਏ ਸੀ ਕਿ ਜਦੋਂ ਪੰਜਾਬੀ ਹਰ ਇੱਕ ਲਈ ਖੜੇ ਹੁੰਦੇ ਨੇ ਤਾਂ ਪੰਜਾਬੀਆਂ ਲਈ ਕਿਉਂ ਨਹੀਂ ਖੜੇ ਹੋਏ। ਇਹ ਕਹਿੰਦੇ ਪੰਜਾਬ ਲਈ ਪੰਜਾਬੀ ਬਹੁਤ ਨਹੀਂ, ਹਿੰਦੁਸਤਾਨ ਦੇ ਲਈ ਪੰਜਾਬੀ ਬਹੁਤ ਨੇ, ਪੂਰਾ ਹਿੰਦੁਸਤਾਨ। ਬਿਲਕੁਲ ਜੀ ਹਾਂ, ਪੂਰਾ ਹਿੰਦੁਸਤਾਨ ਦੇ ਲਈ ਇਹ 2% ਵਾਲੇ ਬਹੁਤ ਨੇ, ਕਿਉਂਕਿ ਇਹਨਾਂ ਦਾ ਦਿਲ ਬਹੁਤ ਵੱਡਾ ਆ, ਉਸ ਦਿਲ ਦੇ ਅੱਗੇ ਹਰ ਥਾਂ ਥੋੜੀ ਆ ਤੇ ਵੱਡੀ ਗੱਲ ਇਹ ਆ ਕਿ ਜਿਹੜੇ NRI ਦਿਲਾਂ ਦੇ ਵਿੱਚ ਦਰਦ ਲਈ ਫਿਰਦੇ ਨੇ, ਪੰਜਾਬ ਦਾ, ਸੂਬੇ ਦਾ, ਸੋਨੇ ਦੀ ਚਿੜੀ ਦਾ, ਉਹਨਾਂ ਦੀ ਬਹੁਤ ਜ਼ਿਆਦਾ ਵੱਡਾ
अनमुला योगदान है क्योंकि उन्होंने वालों फंड जो मुहैया करवाए जा रहे ने वध तो वध ते उन्होंने फंडा नूं लैके कितना कितने लोगों का सहयोग होर मिलता है तो वह पिंडां दे विच हड़ प्रभावित इलाके दे विच आके मदद करने लई अगे आउंदे ने। मोनू तो कैमरामैन सुखविंदर दे नाल सुखा खेड़ीवाला।